ਫਤਿਹ। ਅੱਜ ਦਾ ਪ੍ਰੋਗਰਾਮ ਜੋ ਦੇਖ ਰਹੇ ਹੋ ਸਪੈਸ਼ਲ ਪ੍ਰੋਗਰਾਮ ਦਸਤਾਰ ਡਿਸਰਿਸਪੈਕਟ ਫਾਰ ਦਸਤਾਰ। ਸਾਡੀ ਦਸਤਾਰ ਦੀ ਵਾਰ ਵਾਰ ਜੋ ਸਿੱਖਾਂ ਦੀ ਬੇਇੱਜ਼ਤੀ ਏਅਰਪੋਰਟਾਂ 'ਤੇ ਤਰ੍ਹਾਂ ਤਰ੍ਹਾਂ ਦੀਆਂ ਸਰਚਾਂ ਕਰ ਕਰਕੇ ਖਾਸ ਕਰਕੇ ਯੂਰਪ ਦੇ ਵਿੱਚ ਬੜੀ ਇਹ ਬੇਇੱਜ਼ਤੀ ਵਾਲੀ ਗੱਲ ਹੋ ਰਹੀ ਹੈ ਕਿ ਕਦੀ ਅਸੀਂ ਸੋਚਦੇ ਸਾਂ ਕਿ ਸਾਡੀ ਦਸਤਾਰ ਦਾ ਮਸਲਾ ਹੱਲ ਹੋ ਗਿਆ, ਜੋ ਕਿ ਸਿੱਖ ਚੈਨਲ 'ਤੇ ਚੈਨਲ ਤੋਂ ਪਿਛਲੇ ਮਾਰਚ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ। ਉਸ ਤੋਂ ਉਪਰੰਤ ਦਸਤਾਰ ਅਵੇਅਰਨੈਸ ਡੇ ਇੰਗਲੈਂਡ ਦੇ ਵਿੱਚ, ਐਤਕੀ ਜਰਮਨ ਵਿੱਚ ਮਨਾਇਆ, ਬੜੀ ਅਵੇਅਰਨੈਸ ਆਈ ਅਤੇ ਇਹ ਵੀ ਆਖਿਆ ਗਿਆ ਕਿ ਦਸਤਾਰ ਦਾ ਕੋਈ ਮਸਲਾ ਹੀ ਨਹੀਂ ਅਤੇ ਉਹਨਾਂ ਵੀਰਾਂ ਸੂਚਿਤ ਕਰਨ ਵਾਸਤੇ ਦੱਸ ਰਹੇ ਕਿ ਆਹ ਪ੍ਰੋਗਰਾਮ ਜੋ ਦੇਖ ਰਹੇ ਹਾਂ ਉਹ ਮਸਲਾ ਉੱਥੇ ਦਾ ਉੱਥੇ ਖੜ੍ਹਾ ਹੈ। ਅਤੇ ਖਾਸ ਕਰਕੇ ਜੋ ਅੱਜ ਵਿਚਾਰ ਕਰਨੀ ਹੈ ਉਹ ਹੈ ਬੇਸਲ ਏਅਰਪੋਰਟ ਸਵਿਟਜ਼ਰਲੈਂਡ ਦੇ ਵਿੱਚ। ਉੱਥੋਂ ਰਾਗੀ ਜਥਾ ਭਾਈ ਗੁਰਨਾਮ ਸਿੰਘ ਜੀ ਦਾ, ਜੋ ਕਿ ਗੁਰਦੁਆਰਾ ਰਕਾਬਗੰਜ ਦਾ ਦਿੱਲੀ ਤੋਂ, ਉਹਨਾਂ ਨੇ ਗੁਰਦੁਆਰਾ ਮਾਨਸਰੋਵਰ ਐਮਸਟਰਡਮ ਦੇ ਵਿੱਚ, ਹੋਲੈਂਡ ਦੇ ਵਿੱਚ ਕੀਰਤਨ ਕਰਨ ਆਉਣਾ ਸੀ ਪਿਛਲੇ ਹਫ਼ਤੇ। ਅਤੇ ਉੱਥੋਂ ਏਅਰਪੋਰਟ 'ਤੇ ਸਵਿਟਜ਼ਰਲੈਂਡ ਤੋਂ ਚੜ੍ਹਨ ਲੱਗਿਆਂ ਉਹਨਾਂ ਨੂੰ ਦਸਤਾਰਾਂ ਉਹਨੇ ਤਲਾਸ਼ੀ ਲਈ ਪਹਿਲਾਂ, ਉਸ ਤੋਂ ਬਾਅਦ ਦਸਤਾਰਾਂ ਉਤਾਰਨ ਵਾਸਤੇ ਅਤੇ ਉਹਨਾਂ ਦੱਸੇ ਮੁਤਾਬਕ ਤਕਰੀਬਨ ਅੱਧਾ ਘੰਟਾ ਉੱਥੇ ਬਹਿਸ ਮੁਬਾਸਾ ਹੋਇਆ, ਪਰ ਆਖਰ 'ਤੇ ਉਹਨਾਂ ਤਿੰਨਾਂ ਸਿੰਘਾਂ ਨੂੰ, ਰਾਗੀ ਜਥਾ ਜੋ ਹੈ ਉਹਨਾਂ ਨੂੰ ਆਪਣੀ ਦਸਤਾਰਾਂ ਉਤਾਰਨੀਆਂ ਪਈਆਂ। ਇਹ ਗੱਲ ਹੈ ਪਿਛਲੇ ਹਫ਼ਤੇ ਦੀ ਸਵਿਟਜ਼ਰਲੈਂਡ ਦੀ। ਬਾਅਦ ਵਿੱਚ ਉਹ ਕੀਰਤਨ ਕਰਕੇ ਗਏ ਅਤੇ ਵਾਪਸ ਚਲੇ ਗਏ ਨੇ। ਅੱਜ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ, ਪਰ ਉਸ ਤੋਂ ਬਾਅਦ ਗੱਲਬਾਤ ਕਰਨ ਵਾਸਤੇ ਸਿੱਖ ਚੈਨਲ ਦੇ ਸਟੂਡੀਓ ਵਿੱਚ ਸਾਡੇ ਕੋਲ ਪਹੁੰਚੇ ਨੇ ਸਤਿਕਾਰਯੋਗ ਭਾਈ ਪ੍ਰੇਮ ਸਿੰਘ ਜੀ, ਕੱਲ੍ਹ ਸੀ ਫਸਟ ਏਸ਼ੀਅਨ ਕੌਂਸਲ ਫੋਰ ਬਰਮਿੰਗਮ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਉਹਨਾਂ ਦੇ ਬੈਠੇ ਨੇ ਭਾਈ ਰਸਾਲ ਸਿੰਘ ਢਾਡੀ ਜਥਾ, ਜਿਹਨਾਂ ਨੂੰ ਸਿੱਖ ਚੈਨਲ ਤੋਂ ਤੁਸੀਂ ਕਈ ਵਾਰੀ ਸੁਣਿਆ ਹੈ, ਢਾਡੀ ਇਤਿਹਾਸ ਨਾਲ ਥਾਂ ਥਾਂ ਗੁਰਦੁਆਰਿਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ। ਭਾਈ ਰਸਾਲ ਸਿੰਘ ਜੀ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਜੋ ਇਹ ਸਾਕਾ ਵਰਤਿਆ ਹੈ ਉਹਦੀ ਫੁਟੇਜ ਜੋ ਆਪਣੇ ਕੋਲ ਪਹੁੰਚੀ ਹੈ ਸਪੈਸ਼ਲੀ ਐਕਸਕਲੂਸਿਵ ਸਿੱਖ ਚੈਨਲ ਦੇ ਕੋਲ, ਉਹ ਆਪਾਂ ਫੁਟੇਜ ਦੇਖੀਏ ਅਤੇ ਕੀ ਹੋਇਆ, ਕਿੱਦਾਂ ਹੋਇਆ, ਉਸ ਤੋਂ ਬਾਅਦ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਤੁਹਾਡੇ ਵਿਚਾਰ ਵੀ, ਤੁਹਾਡੇ ਖਿਆਲ ਵੀ, ਤੁਸੀਂ ਕੀ ਸੋਚਦੇ ਹੋ, ਕਿੱਥੇ ਆਪਾਂ ਪਹੁੰਚੇ ਹਾਂ, ਕਿੱਥੇ ਜਾਣਾ ਹੈ, ਕੀ ਕਰਨਾ ਹੈ, ਇਹ ਸਾਰੀਆਂ ਆਪਾਂ ਵਿਚਾਰਾਂ ਅਗਾਂਹ ਕਰਾਂਗੇ। ਆਓ ਪਹਿਲਾਂ ਆਪਾਂ ਫੁਟੇਜ ਦੇਖੀਏ ਜੋ ਇਹ ਪਿਛਲੇ ਹਫ਼ਤੇ ਇਹਨਾਂ ਮੇਰੇ ਵੀਰਾਂ ਨਾਲ ਇੱਥੇ ਕਰਾ ਹੋਏ।